भाई जान सारी तो मुख्तसर ही है भाई जान सुन गिनो यार बरादरी मुतफक हो गए इकट्ठी हो गए एक ही जात हो गए और सियासत अलग चीज है सियासत और अलग चीज है थोड़े देखो के सारी कौम का मसला है और हर बंदा गाल कर रहा है हर बंदा जिथे अगर बनी जे उए गाल कर रहा है यार फैसला क्यों नहीं कर रहा फैसला क्यों नहीं कर रहा फैसला थीना क्यों नहीं थोड़े को ਹੁਣ ਇਹ ਜੇ ਬੰਦੇ ਗੱਲ ਕਰਨ ਯਾਰ ਇਹਨਾਂ ਕੋਲ ਫੈਸਲਾ ਨਹੀਂ ਸੀ ਨਾ ਅਸਾਂ ਫੈਸਲਾ ਕਰਨ ਨੂੰ ਜਿਹਨੇ ਕੋਈ ਜਾਣਦਾ ਵੀ ਕੋਈ ਕਹਿਣੀ ਜਿਹਨੇ ਦੀ ਕੋਈ ਪਹਿਚਾਣ ਨਹੀਂ ਕਹਿਣੀ ਕੋਈ ਕਦਰ ਹੀ ਕਹਿਣੀ ਉਹ ਸਭ ਕੁਆ ਦਿਨ ਫੈਸਲਾ ਸਾ ਕਰਨ ਅਸਾਂ ਮਰ ਗਏ ਬਗੈਰਤ ਹੀ ਗਏ ਅਸਾਂ ਮਰ ਗਏ ਚਲੋ ਠੀਕ ਹੈ ਬਜ਼ੁਰਗੇ ਵਿੱਚ ਇਖਤਲਾਫਾਤ ਵਧਦੇ ਨਾ ਅਗਰ ਛੋਟੇ ਸੈੱਟ ਦੀ ਨਾ ਬਜ਼ੁਰਗ ਆਟੋਮੈਟਿਕ ਲੜ ਜੀਵੇ ਸਿਆਸਤ ਹਰ ਬੰਦਾ ਆਪਣੀ ਜਾ ਕਰੇ ਜਿਵੇਂ ਕਰੇ ਲੇਕਿਨ ਆਪਸ ਵਿੱਚ ਮੁਖਲਸ ਹੋਵੇ ਆਪਸ ਵਿੱਚ ਅਗਰ ਝਗੜਾ ਥੋੜਾ ਜਿਹਾ ਠੀਕ ਹੈ ਨਾ ਆਪਸ ਵਿੱਚ ਵੀ ਠੀਕ ਹੈ ਹੁਣ ਦੇ ਵਿੱਚ ਸਿਆਸਤ ਨਾ ਹੋਵੇ ਹੁਣ ਬਾਅਦ ਬਾਅਦ ਇਹ ਜਿਹਾ ਗੱਲ ਹੀ ਡਿੱਠੇ ਨੋਟ ਕੀਤੇ ਮੈਂ ਅਗਰ ਫੌਤਗੀ ਤਾਂ ਹੀ ਪਈ ਹੈ ਨਾ ਪਰ ਲੱਭੀ ਜਿਹੜੇ ਬੰਦੇ ਨੂੰ ਦੇਖੋ ਆ ਇਹ ਫੌਤਗੀ ਦੇ ਗਏ ਕਣ ਗਿਆ ਇਹ ਕੌਮ ਦੀ ਪਈ ਹੈ ਦੇਖੋ ਫੌਤਗੀ ਦੇ ਗਏ ਕਣ ਗਿਆ ਯਾਰ ਹੁਣ ਦੇ ਵਿੱਚ ਫੌਤਗੀ ਵਿੱਚ ਕਿੰਦੀ ਸਿਆਸਤ ਹੈ ਰਿਸ਼ਤੇਦਾਰਿਆਂ ਨੇ ਰਿਸ਼ਤੇਦਾਰਿਆਂ ਨਹੀਂ ਪਾਓ ਔਰ ਪੂਰੀ ਕੌਮ ਹੈ ਸਿਆਸਾ ਐਸਾ ਦੌਰ ਹੁੰਦਾ ਕਿ ਇੱਥੇ ਹੀ ਕਿਰ ਖੜੇ ਹੁੰਦੇ ਆ ਸੇ ਇਲੈਕਸ਼ਨ ਕੋਈ ਵੀ ਕੌਮ ਕਹਿਣਾ ਮੁਕਤਾ ਸਕੇ ਹੁਣ ਉਹ ਹੈ ਕਿ ਉਹਨਾਂ ਨਾਲ ਅਸਰ ਲੈ ਕਰੂੰ ਉਹ ਕੁੜੇ ਦੇ ਖੜੇ ਨਾਲ ਪਰ ਅਲਗਾਲ ਹੀ ਹੈ ਮੁਕਤ ਸਰਗਾਲ ਹੈ ਬਈ ਆਪਸ ਵਿੱਚ ਮੁਤਫੈਕ ਥੀ ਉਹ ਟਿੱਕੋ ਥੀ ਉਹ ਜਿਵੇਂ ਤੁਸੀਂ ਗੱਲ ਕਰ ਗਏ ਹੋ ਬਹੁਤ ਅੱਛੀ ਗੱਲ ਕਰ ਗਏ ਹੋ ਬਈ ਇੱਕ ਹੀ ਜਾਤ ਹੈ ਥੀ ਉਹ ਆਪਣੀ ਛੋਟੀ ਜਿਹੜੀ ਪੌਦੇ ਸਾਰੀ ਅਸਰ ਦੇ ਨੌਜਵਾਨ ਇਹ ਇੱਕ ਹੀ ਜਾਤ ਹੈ ਆਪਸ ਵਿੱਚ ਮੁਕਤ ਸਰਗਾਲ ਬੇ ਸਿਆਸਤ ਨਾਲ ਸਿਆਸਤ